ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਤੁਸੀਂ ਸਰਵਣ ਕਰੋ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲਿਆਂ ਦੇ ਅਨਮੋਲਕ ਕਮਾਏ ਹੋਏ ਬਚਨ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਤੁਕ ਵਿੱਚ ਬਚਨ ਕੀਤਾ, ਲੁੱਟ ਤਲੇ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਦਸ਼ਮ ਗ੍ਰੰਥ ਦੱਸ ਰਹੀ ਹੈ ਐਸੇ ਵਹਿਮ ਪਖੰਡ। ਗੁਰਸਿੱਖ ਪਿਆਰਿਓ ਬਚਿਆ ਕਰੋ, ਸਿੱਖੀ ਧਰਮ ਬਹੁਤ ਸਿੰਪਲ ਹੈ, ਇਹਨੂੰ ਕੰਪਲੀਕੇਸ਼ਨ ਵਿੱਚ ਨਾ ਪਾਓ, ਇਹਨੂੰ ਗੁੰਝਲਦਾਰ ਨਾ ਬਣਾਓ। ਬਹੁਤ ਸਾਦਾ ਧਰਮ ਹੈ, ਵਾਹਿਗੁਰੂ ਨੂੰ ਮਿਲਣ ਵਾਲਾ ਬੜਾ ਸਾਦਾ ਰਸਤਾ ਚਲਾਇਆ ਹੈ। ਤੇ ਕਈਆਂ ਨੂੰ ਐਸੇ ਵਹਿਮ ਨੇ, ਸਾਡੇ ਕੋਲ ਆਉਂਦੇ ਹੈ, ਆਖੇ ਬਾਬਾ ਜੀ ਮੈਂ ਸਿਮਰਨ ਕਰਦਾ ਸੀ, ਚਮਕਾਰੇ ਜੇ ਪੈਣ ਲੱਗ ਗਏ ਤੇ ਹੁਣ ਹਟ ਗਏ। ਚਮਕਾਰੇ ਪੈਂਦੇ ਕਈਆਂ ਨੂੰ, ਮੈਂ ਕਿਹਾ ਆ ਜੀ ਭਾਈ ਧਨਵੰਤ ਸਿੰਘ ਤੇ ਆਪਰੇਸ਼ਨ ਕਰਾ ਦੇਂਗੇ, ਅੱਜ ਖਿਆ ਕੋਈ ਸਤਨ ਮੋਦੀਆ ਉਤਰਿਆ ਆਪਣਾ, ਹੋਰ ਕੀ ਹੈ। ਦੇਖੋ ਚਮਕਾਰੇ ਪੈਂਦੇ ਨੇ ਬਾਣੀ। ਕਈ ਗੁਰਮੁਖ ਪਿਆਰੇ ਪੁੱਛਦੇ ਨੇ ਕਿ ਦਰਸ਼ਨ ਕਰਨੇ, ਅਸੀਂ ਦਰਸ਼ਨ ਬਾਣੀ ਪੜ੍ਹਦੇ ਨੇ, ਸਾਨੂੰ ਦਰਸ਼ਨ ਹੋਣ। ਇੱਕ ਬੇਨਤੀ ਤੁਹਾਡੇ ਕੰਮ ਆਊਗੀ, ਸੁਣ ਲਓ, ਬਾਣੀ ਪੜ੍ਹਦੇ ਕਿਸੇ ਸਿੱਖ ਨੇ ਕਿਸੇ ਗੁਰੂ ਦੇ ਦਰਸ਼ਨਾਂ ਦੀ ਇੱਛਾ ਨਹੀਂ ਕਰਨੀ, ਇਹ ਮਨ ਵਿੱਚੋਂ ਕੱਢੇ ਦਿਓ। ਜਦੋਂ ਬਾਣੀ ਪੜ੍ਹੋ ਨਾ, ਕਿਸੇ ਦੇ ਦਰਸ਼ਨਾਂ ਦੀ ਇੱਛਾ ਨਹੀਂ ਰੱਖਣੀ। ਕਿਉਂ? ਉਹ ਜਿਹੜੀ ਬਾਣੀ ਪੜ੍ਹ ਰਹੇ ਉਹੀ ਤਾਂ ਗੁਰੂ ਹੈ, ਦਰਸ਼ਨ ਦੇਣ ਤੈਨੂੰ ਲੰਬੜਦਾਰ ਆਊਗਾ, ਦਰਸ਼ਨ ਦੇਣ ਪ੍ਰਧਾਨ ਆਊਗਾ ਕਮੇਟੀ ਦਾ। ਜੇ ਤਾਂ ਗੁਰੂ ਹੋਰ ਹੋਵੇ ਤੇ ਬਾਣੀ ਹੋਰ ਹੋਵੇ ਤਾਂ ਦਰਸ਼ਨ ਦੇਣ ਕੋਈ ਆਵੇ। ਜਿਸ ਬਾਣੀ ਨੂੰ ਤੂੰ ਪੜ੍ਹ ਰਿਹਾ ਉਹੀ ਤਾਂ ਗੁਰੂ ਸਰੂਪ ਹੈ, ਤੇਰੇ ਤਾਂ ਸਾਹਮਣੇ ਹੈ ਸ਼ਬਦ ਗੁਰੂ, ਤੇ ਫਿਰ ਤੂੰ ਡੀਕਣ ਡੇ। ਹਾਂ, ਸਾਡਾ ਹਿੰਦੂ ਮਤ ਹੈ, ਸਤਿਕਾਰਯੋਗ ਹਨ ਸਾਡੇ ਹਿੰਦੂ ਵੀਰ, ਕੋਈ ਨੁਕਤਾਚੀਨੀ ਨਹੀਂ, ਉਹਨਾਂ ਦੇ ਧਰਮ ਵਿੱਚ ਇਹ ਅਸੂਲ ਹੈ। ਉਹ ਕਥਾ ਕਰਨਗੇ ਗੀਤਾ ਜੀ ਦੀ ਤੇ ਮੱਥਾ ਟੇਕਣਗੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ, ਉਹ ਕਥਾ ਕਰਨਗੇ ਰਮਾਇਣ ਦੀ ਤੇ ਮੱਥਾ ਟੇਕਣਗੇ ਸ੍ਰੀ ਰਾਮ ਜੀ ਮਹਾਰਾਜ, ਉਹ ਜਗਰਾਤਾ ਕਰਨਗੇ ਭਜਨ ਤੇ ਮੱਥਾ ਟੇਕਣਗੇ ਮਾਤਾ ਜੀ ਨੂੰ, ਲਕਸ਼ਮੀ ਨਾਰਾਇਣ ਨੂੰ। ਇਹ ਉਹਨਾਂ ਦਾ ਅਸੂਲ ਹੈ, ਬੜਾ ਅੱਛਾ ਅਸੂਲ ਹੈ ਜੋ ਵੀ ਹੈ, ਪਰ ਸਿੱਖੋ ਆਪਣੀ ਨਹੀਂ ਗੱਲ ਹੈ। ਆਪਾਂ ਨੇ ਕਥਾ ਵੀ ਇਹਦੀ ਕਰਨੀ ਹੈ ਤੇ ਮੱਥਾ ਵੀ ਇਸੇ ਨੂੰ ਟੇਕਣਾ ਹੈ, ਲਿਖੇ ਕੋ ਸਦਨਾਮ, ਇੱਥੇ ਦੋ ਨਹੀਂ ਹੈ, ਇੱਥੇ ਕੀਰਤਨ ਵੀ ਇਸੇ ਦਾ ਕਰਨਾ ਤੇ ਮੱਥਾ ਵੀ ਇਸੇ ਨੂੰ ਟੇਕਣਾ ਹੈ। ਉਹਨਾਂ ਦੇ ਧਰਮ ਵਿੱਚ ਹੈ ਕਿ ਕੀਰਤਨ ਰਮਾਇਣ ਦਾ ਕਰੋ ਤੇ ਮੱਥਾ ਰਾਮ ਜੀ ਨੂੰ ਟੇਕੋ, ਠੀਕ ਹੈ, ਜੋ ਉਹਨਾਂ ਦਾ ਅਸੂਲ ਹੈ। ਇੱਥੇ ਤਾਂ ਸਾਨੂੰ ਅਸੂਲ ਹੈ ਇੱਕ ਦਿੱਤਾ ਹੈ, ਬਾਣੀ ਗੁਰੂ ਤੇ ਗੁਰੂ ਹੈ ਗੁਰ, ਬਾਣੀ ਹੈ ਸਰੂਪ ਗੁਰਾਂ ਦਾ, ਗੁਰੂ ਤੇ ਗੁਰੂ ਹੈ ਗੁਰ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ। ਮੇਰੇ ਪਿਆਰੇ ਬਾਣੀ ਸਰੂਪ ਗੁਰਾਂ ਦਾ, ਪਿਆਰੇ ਜੀ ਬਾਣੀ ਹੈ ਸਰੂਪ ਗੁਰਾਂ ਦਾ, ਇਸੇ ਗੱਲ ਨੂੰ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਗੁਰਮੂਰਤ ਗੁਰ ਸ਼ਬਦ ਹੈ, ਦੂਜੀ ਤਾਂ ਗੱਲ ਨਹੀਂ ਇੱਥੇ ਗੁਰਸਿੱਖ ਪਿਆਰਿਓ, ਗੁਰਮੂਰਤ ਗੁਰ ਸ਼ਬਦ ਹੈ। ਅੱਜ ਜਿਹੜਾ ਅਸੀਂ ਬਦਾਵਾ ਦਿੱਤਾ ਡਾਕਟਰ ਸਾਹਿਬ, ਉਹ ਗੱਡੀ ਕੋਲ ਤੇ ਵੀ ਫੌਜ ਨੂੰ ਹਟਾਓ, ਥੋੜਾ ਜਿਹਾ ਜ਼ਿਆਦਾ ਫੌਜ ਲੱਗ ਗਈ, ਅਸੀਂ ਜਾ ਰਹੇ ਇਹਨੂੰ ਲੈ ਕੇ, ਫਿਰ ਗੱਜ ਕੇ ਆਖੋ ਸਤਨਾਮ ਸ਼੍ਰੀ। ਤਾਂ ਪ੍ਰੇਮੀਓ ਮਹਾਰਾਜ ਕਹਿੰਦੇ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ, ਜਿਹਦੀਆਂ ਅਸੀਂ ਉਪਮਾ ਕਰਦੇ ਸਰੀਰ ਦੀਆਂ,
ਇਤਨਾ ਔਗਣੇ ਉਹ ਦੇਵਤੇ ਜਦੋਂ ਇਹਦੇ ਸੰਗ ਮਿਲੇ ਨਾ ਥੁੱਕਾਂ ਪਈਆਂ ਤਿਤ ਉਹ ਗੰਦਗੀ ਦਾ ਰੂਪ ਬਣ ਗਏ ਦੇਵਤੇ ਤੇ ਸਭ ਥੁੱਕ ਥੁੱਕ ਕੇ ਲੰਘਣ ਦੇਖੋ ਇਹ ਹੈ ਦ੍ਰਿਸ਼ਟਾਂਤ ਇਹਦਾ ਹੁਣ ਗਾਹਾਂ ਹੈ ਦਾ ਦ੍ਰਿਸ਼ਟਾਂਤ ਇਹ ਦ੍ਰਿਸ਼ਟਾਂਤ ਕਿਉਂ ਦਿੱਤਾ ਮਹਾਰਾਜ ਕਹਿੰਦੇ ਜਿਤ ਮੁਖ ਨਾਮ ਨਾ ਉਚਰੇ ਜਿਹੜੇ ਸਵੇਰੇ ਉੱਠ ਕੇ ਨਹੀਂ ਮੁਖ ਤੋਂ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਕੀ ਹਾਲ ਹੈ ਜਿਤ ਮੁਖ ਨਾਮ ਨਾ ਉਚਰੇ ਵਿਣ ਨਾਵੇ ਰਸ ਖਾਏ ਉੜਦੇ ਨਹੀਂ ਪਦਾਰਥ ਮੰਗਣੇ ਉੜਦੇ ਰਸਾਂ ਵਿੱਚ ਲਾਗੇ ਦੇਖੋ ਕੈਸਾ ਦ੍ਰਿਸ਼ਟਾਂਤ ਦਿੱਤਾ ਹੈ ਮਹਾਰਾਜ ਨਾਨਕ ਐਵੇਂ ਜਾਣੀਏ ਉਸ ਗੰਦਵੀ ਮਾਂਗ ਜਿਹੜੀ ਉੱਪਰ ਦੱਸੀ ਹੈ ਤਿਤ ਮੁੱਖ ਥੁੱਕਾਂ ਪਾਹੇ ਉਹਨਾਂ ਮੁੱਖਾਂ ਤੇ ਵੀ ਦਰਗਾਹ ਵਿੱਚ ਉਸ ਤਰ੍ਹਾਂ ਥੁੱਕਾਂ ਪੈਣੀਆਂ ਜਿਵੇਂ ਗੰਦਗੀ ਤੇ ਪੈਣੀਆਂ ਇੱਕ ਥੋੜਾ ਜਿਹਾ ਹੋਰ ਤੁਹਾਡਾ ਵਹਿਮ ਕੱਢਣਾ ਹੈ ਇਹ ਜਿਹੜੇ ਧਰਤੀ ਤੇ ਆਕਾਸ਼ ਨੇ ਨਾ ਗੁਰਮੁਖੋ ਇਹ ਕਿਸੇ ਦਿਨ ਮਿਲ ਸਕਦੇ ਨੇ ਇਹ ਅਸੰਭਵ ਨਹੀਂ ਹੈ ਇੰਪੋਸੀਬਲ ਨਹੀਂ ਹੈ ਇਹ ਦੋਵੇਂ ਕਿਸੇ ਦਿਨ ਮਿਲ ਸਕਦੇ ਨੇ ਕਿਉਂ ਮਿਲ ਸਕਦੇ ਨੇ ਇਕੱਠੇ ਹੀ ਸੀ ਪਹਿਲਾਂ ਇੱਕੋ ਪਲਾੜ ਸੀ ਫਟ ਕੇ ਦੋ ਹੋਏ ਨੇ ਇਹ ਇੱਕੋ ਸੀ ਪਲਾੜ ਦੋ ਭਾਈ ਜਿਹੜੇ ਇਕੱਠੇ ਸੀ ਕਿਸੇ ਦਿਨ ਜੁਦੇ ਹੋਏ ਨੇ ਉਹ 10 ਸਾਲ ਬਾਅਦ ਇਕੱਠੇ ਵੀ ਹੋ ਸਕਦੇ ਨੇ ਸੱਤੇ ਸਮੁੰਦਰਾਂ ਦਾ ਪਾਣੀ ਸੁੱਕ ਸਕਦਾ ਕੋਈ ਵੱਡੀ ਗੱਲ ਇਸ ਸੂਰਜ ਦੇ ਵਿੱਚੋਂ ਬਰਫ਼ ਨਿਕਲ ਸਕਦੀ ਹੈ ਠੰਡਾ ਹੋ ਸਕਦਾ ਚੰਦਰਮਾ ਗਰਮ ਹੋ ਸਕਦਾ ਹੈ ਇੱਕ ਗੱਲ ਦ੍ਰਿੜ ਕਰਕੇ ਮੰਨ ਲਿਓ ਇਹ ਸਭ ਕੁਝ ਹੋ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਗਲਤ ਨਹੀਂ ਹੋ ਸਕਦਾ ਹੋਰ ਸਭ ਕੁਝ ਹੋ ਸਕਦਾ ਇੱਥੇ ਜੋ ਕੁਝ ਲਿਖਤਾ ਨਾ ਉਹ ਸੱਚ ਹੈ ਉਹਨੂੰ ਤੁਸੀਂ ਮੰਨੋ ਚਾਹੇ ਨਾ ਮੰਨੋ ਉਹ ਤੁਹਾਡੀ ਮਰਜ਼ੀ ਹੈ ਇਹ ਆਬਾਦ ਸੱਚ ਹੈ ਬਾਣੀ ਜੋ ਕੁਝ ਲਿਖਤਾ ਦੇਖ ਲਓ ਹੁਣ ਕੀ ਕੁਝ ਲਿਖਿਆ ਤਿਤ ਮੁੱਖ ਥੁੱਕਾਂ ਪਾਹੇ ਬਿਦਾਵਾ ਆਪਣਾ ਵੇਖੋ ਜਿਹੜਾ ਅਸੀਂ ਦੇਈ ਬੈਠੇ ਕਿਲ੍ਹਾ ਛੱਡਣ ਦਾ ਪ੍ਰੋਗਰਾਮ ਬਣ ਗਿਆ ਤੁਹਾਨੂੰ ਪਤਾ ਹੀ ਹੈ 14 ਜੰਗ ਗੁਰੂ ਗੋਬਿੰਦ ਸਿੰਘ ਜੀ ਨੇ ਲੜੇ 4 ਜੰਗ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਲੜੇ 18 ਜੰਗ ਇਹਨਾਂ ਜੰਗਾਂ ਦੀ ਵਿਸ਼ੇਸ਼ਤਾ ਕੀ ਹੈ 18 ਜੰਗਾਂ ਵਿੱਚ ਸਤਿਗੁਰਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਹਿਸਟਰੀ ਪੜ੍ਹੋ ਮਹਾਰਾਜ ਚੜ੍ਹਾਈ ਕਰਕੇ ਨਹੀਂ ਗਏ ਨਾ 6ਵੇਂ ਪਾਤਸ਼ਾਹ ਨਾ 10ਵੇਂ ਪਾਤਸ਼ਾਹ ਕਿਸੇ ਤੇ ਵੀ ਇੱਕ ਜੰਗ ਵਿੱਚ ਚੜ੍ਹਾਈ ਨਹੀਂ ਕੀਤੀ ਫਿਰ ਜੰਗ ਹੋਇਆ ਕਿਵੇਂ ਉਹ ਜਿਹੜੇ ਚੜ੍ਹ ਕੇ ਆ ਜਾਣ ਉਹਨਾਂ ਨੂੰ ਤਾਂ ਜਲ ਪਾਣੀ ਛਕਾਉਣਾ ਹੀ ਪੈਂਦਾ ਅਜਿਖੇ ਆਖੋ ਸਤਨਾਮ ਉਹਨਾਂ ਨੂੰ ਕਦੇ ਕਰੋ ਕੀਤੇ ਹੋਏ ਹਮਲਿਆਂ ਦਾ ਜਵਾਬ ਦਿੱਤਾ ਹੈ ਮਹਾਰਾਜ 14 ਜੰਗ ਗੁਰੂ ਗੋਬਿੰਦ ਸਿੰਘ ਦੇ ਪੜ੍ਹ ਲਓ ਕਿਸੇ ਤੇ ਵੀ ਚੜ੍ਹਾਈ ਨਹੀਂ ਕੀਤੀ ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਤਾਂ ਫਿਰ ਮਿਲਣਾ ਹੀ ਸੀ ਨਾ ਗੁਰਮੁਖੋ ਭਿਆਨਕ ਜੰਗ 7 ਮਹੀਨੇ 19 ਦਿਨ ਤੋਂ ਬਾਅਦ ਕਿਲ੍ਹਾ ਛੱਡਿਆ ਗਿਆ ਪੋਹ ਵਿੱਚ ਜਿਹੜੇ ਦਿਨ ਚੱਲ ਰਹੇ ਨੇ ਸਰਸੇ ਤੇ ਜੰਗ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਵਿਛੜਦੇ ਬਹੁਤ ਨੇ ਕੋਈ ਬਾਹਰ ਜਾਂਦਾ ਕੋਈ ਸਰਵਿਸ ਨੂੰ ਜਾਂਦਾ ਪਰ ਦੁਨੀਆਂ 'ਚ ਵਿਛੜਦੇ ਨੇ ਮਰ ਕੇ ਤੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਜਿਉਂਦਾ ਜਿਹੜਾ ਮੁੜ ਕੇ ਮਿਲ ਨਹੀਂ ਸਕਿਆ ਐਸਾ ਵਿਛੋੜਾ ਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿਤੇ ਇਤਿਹਾਸਕਾਰਾਂ ਦੀ ਨਜ਼ਰਾਂ ਵਿੱਚ ਪੜ੍ਹੋ ਨਾ ਤੁਸੀਂ ਉਹ ਸਰਸੇ ਦਾ ਜੰਗ ਤੇ ਨਿਰਵੈਰਤਾ ਇਤਨੀ ਕਿਸੇ ਵੀ ਧਰਮ ਕਿਸੇ ਵੀ ਮਜ਼ਹਬ ਨਾਲ ਤਾਂ ਕੋਈ ਮਤਲਬ ਹੀ ਨਹੀਂ ਸੀ ਗੁਰੂ ਜੀ ਦਾ ਉਹਨਾਂ ਨੇ ਤਾਂ ਕਹਿ ਦਿੱਤਾ ਸੀ ਮਾਨਸਿਕੀ ਜਾਤ ਸਭੈ ਏਕੈ ਪਹਿਚਾਨ ਉਹਨੇ ਤਾਂ 10ਵੇਂ ਗ੍ਰੰਥ ਵਿੱਚ ਲਿਖਤਾ ਦਿਓਰਾ ਉਹ ਮਸੀਤ ਸੋਈ ਮੈਨੂੰ ਤਾਂ ਫਰਕ ਹੀ ਨਹੀਂ ਲੱਗਦਾ ਮਸੀਤ ਤੇ ਮੰਦਰ ਦੇ ਵਿੱਚ ਉਹ ਤਾਂ ਇੱਥੇ ਤੱਕ ਉੱਚੀ ਦ੍ਰਿਸ਼ਟੀ ਸੀ ਤੇ ਗੁਰਮੁਖ ਪਿਆਰੇ ਜੇ ਕਹੀਏ ਕਿ ਮੁਸਲਮਾਨਾਂ ਨਾਲ ਜੰਗ ਸੀ ਇਹ ਕੋਈ ਖਾਸ ਗੱਲ ਨਹੀਂ ਇਤਿਹਾਸ ਵਿੱਚ ਜੰਗ ਉਹਨਾਂ ਦਾ ਜ਼ੁਲਮ ਨਾਲ ਸੀ ਜੰਗ ਅਨਿਆਂ ਨਾਲ ਸੀ ਮੁਗਲਾਂ ਨਾਲ ਕੋਈ ਵੈਰ ਨਹੀਂ ਸੀ ਜੇ ਵੈਰ ਹੁੰਦਾ ਤਾਂ ਵੇਖ ਲਓ ਫਿਰ ਭੱਠਾ ਸਾਹਿਬ ਜਾਂਦੇ ਹੀ ਹੋ ਤੁਸੀਂ ਉਹ ਵੀ ਤਾਂ ਪਠਾਣ ਸੀ ਨਿਹੰਗ ਖਾਂ ਜਿੱਥੇ ਹੁਣ ਭੱਠਾ ਲੱਗਿਆ ਹੋਇਆ ਤਾਂ ਨਿਹੰਗ ਖਾਂ ਦੀ ਜ਼ਮੀਨ ਸੀ ਭੱਠਾ ਲੱਗਿਆ ਹੋਇਆ ਸੀ ਤੇ ਪਿੰਡ ਸੀ ਉਹਦਾ ਕੋਟਲਾ ਕੋਟਲੇ ਦਾ ਪਿੰਡ ਉਸੇ ਨਾਂ ਤੇ ਵਸਿਆ ਸੀ ਕੋਟਲਾ ਨਿਹੰਗ ਖਾਂ ਨਿਹੰਗ ਖਾਨ ਖਾਨ ਬਹਾਦਰ ਸੀ ਬੜਾ ਅਮੀਰ ਤੇ ਮਹਾਰਾਜ ਨੇ ਜਦੋਂ ਠੰਡਾ ਕੀਤਾ ਭੱਠਾ ਤੇ ਮਜ਼ਦੂਰ ਡਰ ਗਏ ਇਹ ਤਾਂ ਕੋਈ ਵਲੀ ਔਲੀਆ ਪੀਰ ਹੈ ਨੱਠੇ ਗਏ ਪੋਹ ਦੀ ਰਾਤ ਅੱਧੀ ਤੇ ਆਪਣੇ ਮਾਲਕ ਨੂੰ ਕਹਿੰਦੇ ਤੇਰੇ ਭੱਠੇ ਤੇ ਕੋਈ ਅੱਲਾ ਦਾ ਪਿਆਰਾ ਆਇਆ ਜਿਹਦੇ ਘੋੜੇ ਦਾ ਪੌੜ ਲੱਗਣ ਨਾਲ ਅੱਗ ਬੁਝ ਗਈ
ਤੇ ਇਹ ਵੀ ਤੁਹਾਨੂੰ ਸ਼ਾਇਦ ਮਨ ਵਿੱਚ ਨਾ ਕਦੇ ਵਿਚਾਰ ਆਈ ਹੋਵੇ ਉਸ ਪੱਠੇ ਤੇ ਕਿਉਂ ਗਏ ਸੀ ਮਹਾਰਾਜ ਉਹ ਜਿਹੜਾ ਨਿਹੰਗ ਖਾਂ ਮਾਲਕ ਸੀ ਨਾ ਪੱਠੇ ਦਾ ਉਹ ਤਾਂ ਪੁਸ਼ਤਾਂ ਤੋਂ ਗੁਰੂ ਘਰ ਦਾ ਸੇਵਕ ਸੀ ਅੱਜ ਕੇ ਆਖੋ ਸਤਿਗੁਰੂ ਉਹਦਾ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਮੁਰੀਦ ਸੀ ਉਹ ਤਾਂ ਸ਼ਰਧਾਲੂ ਸੀ ਪਰਿਵਾਰ ਉਹ 7-8 ਮਹੀਨੇ ਦਾ ਬੇਨਤੀਆਂ ਕਰਦਾ ਸੀ ਜੰਗ ਕਰਕੇ ਮੈਨੂੰ ਦਰਸ਼ਨ ਨਹੀਂ ਹੋਏ ਕਦ ਦਰਸ਼ਨ ਹੋਣਗੇ ਉਹ ਤਾਂ ਆਏ ਮਹੀਨੇ ਪਰਿਵਾਰ ਨੂੰ ਲੈ ਕੇ ਮਹਾਰਾਜ ਦੇ ਕੋਲ ਜਾਂਦਾ ਸੀ ਉਹਦੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਹੀ ਮਹਾਰਾਜ ਉਹਨੂੰ ਜਾਂਦੀ ਵਾਰੀ ਦਰਸ਼ਨ ਦੇਣ ਆਏ ਸੀ ਪੱਠੇ ਦਾ ਤਾਂ ਇੱਕ ਬਹਾਨਾ ਬਣਾਇਆ ਸੀ ਉਹ ਤਾਂ ਉਹਦੀ ਅਮਰ ਯਾਦ ਬਣਾਉਣੀ ਸੀ ਆਪਣੇ ਸੇਵਕ ਦੀ ਤੇ ਜਦ ਇਹਦੇ ਸੇਵਕਾਂ ਨੇ ਜਾ ਕੇ ਕਿਹਾ ਉਹ ਸਮਝ ਗਿਆ ਉਹ ਕਹਿੰਦਾ ਮੂਰਖੋ ਉਹ ਅੱਲਾ ਦਾ ਪਿਆਰਾ ਨਹੀਂ ਹੈ ਉਹ ਤਾਂ ਅੱਲਾ ਹੀ ਹੈ ਅੱਜ ਕੇ ਆਖੋ ਸਤਿਗੁਰੂ ਉਹ ਕੋਈ ਖੁਦਾ ਦਾ ਪਿਆਰਾ ਨਹੀਂ ਪੱਠੇ ਤੇ ਆਇਆ ਉਹ ਤਾਂ ਮੇਰਾ ਗੁਰੂ ਗੋਬਿੰਦ ਸਿੰਘ ਖੁਦਾ ਆਇਆ ਕੱਪੜੇ ਵੀ ਨਹੀਂ ਪਾਏ ਪਠਾਣ ਨੇ ਨੰਗੇ ਪੈਰ ਪੋਹ ਦੀ ਰਾਤ ਪੱਠੇ ਤੇ ਪੁੱਜ ਗਿਆ ਤੇ ਮਹਾਰਾਜ ਉਡੀਕ ਰਹੇ ਸੀ ਘੋੜੇ ਤੋਂ ਨਹੀਂ ਉਤਰੇ ਉਡੀਕਦੇ ਸੀ ਉਹਨੂੰ ਦਰਸ਼ਨ ਦੇਣੇ ਸੀ ਤੇ ਗੁਰਮੁਖ ਪਿਆਰਿਓ ਬਸ ਚਰਨ ਫੜ ਲਏ ਰਕਾਬ ਵਿੱਚ ਸਿਰ ਧਰ ਦਿੱਤਾ ਮਹਾਰਾਜ ਦੇ ਚਰਨਾਂ ਤੇ ਮਹਾਰਾਜ ਕਹਿੰਦੇ ਪਠਾਣਾ ਯਾਦ ਕਰਦਾ ਸੀ ਬਿਪਤਾ ਦਾ ਸਮੇਂ ਸੰਕਟ ਦਾ ਸਮੇਂ ਤੇਰੀ ਅਰਦਾਸ ਪੂਰੀ ਕਰਨੀ ਸੀ ਤੂੰ ਦਰਸ਼ਨਾਂ ਦੀ ਮੰਗ ਕੀਤੀ ਹੈ ਤੇ ਹੁਣ ਸਾਨੂੰ ਜਾਣ ਦੇ ਜੇ ਤੇਰੇ ਮਨ 'ਚ ਕੋਈ ਇੱਛਾ ਹੈ ਤਾਂ ਮੰਗ ਲੈ ਕੋਈ ਇੱਛਾ ਹੈ ਤਾਂ ਦੱਸ ਇੱਛਾ ਕੀ ਕਹੀ ਸਤਿਗੁਰੂ ਨੂੰ ਕਹਿੰਦਾ ਮਹਾਰਾਜ ਜਿਵੇਂ ਇਸ ਤਪ ਦੇ ਭੱਠੇ ਨੂੰ ਠੰਡਾ ਕੀਤਾ ਨਾ ਘਰ ਚੱਲ ਤੇ ਮੈਨੂੰ ਵੀ ਠੰਡਾ ਕਰ ਬੀਬੀ ਅੱਜ ਸਤਨਾਮ ਕਹਿ ਦੋ ਕੱਲ ਨੂੰ ਨਹੀਂ ਕਹਾਉਣਾ ਅੱਜ ਕਹਿ ਦੋ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਉਹ ਪਠਾਣਾ ਕਿਉਂ ਬਿਪਤਾ ਵਿੱਚ ਪੈਂਦਾ ਹੈ ਮੇਰੇ ਸਿਰ ਦਾ 10-10 ਲੱਖ ਰੁਪਈਆ ਮੁੱਲ ਹੈ ਮੈਨੂੰ ਗ੍ਰਿਫਤਾਰ ਕਰਨ ਖਾਤਰ ਕਸਮਾਂ ਖਾ ਕੇ ਆਏ ਨਾਲ ਖਾਂ ਤੁਹਾਡੇ ਮਲੇਰਕੋਟਲੇ ਵਰਗੇ ਕਿਉਂ ਬਿਪਤਾ 'ਚ ਪੈਂਦੇ ਦਰਸ਼ਨ ਹੋਣੇ ਸੀ ਉਹਦਾ ਕੋਈ ਚੀਜ਼ ਮੰਗ ਕਹਿੰਦਾ ਜੀ ਮੰਗਣਾ ਕੁਝ ਨਹੀਂ ਘਰ ਨੂੰ ਚੱਲੋ ਮੇਰੀ ਬਾਂਧੀ ਭਗਤ ਛਡਾ ਮਹਾਰਾਜ ਕਹਿੰਦੇ ਔਖਾ ਹੋਵੇਗਾ ਸੰਕਟ ਆਵੇਗਾ ਤੇ ਦਸਮ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਕਾਹਨੂੰ ਭਰਮਾਉਂਦੇ ਹੋ ਮੈਨੂੰ ਜਿੱਥੇ ਤੁਸੀਂ ਜਾਓਗੇ ਉੱਥੇ ਸੰਕਟ ਆਊਗਾ ਕਿ ਹਟੂਗਾ ਆਖੋ ਸਤਨਾਮ ਦੇਖੋ ਸ਼ਰਧਾ ਤੁਹਾਡੇ ਜਾਣ ਨਾਲ ਤਾਂ ਬਿਪਤਾ ਹਟਣਗੀਆਂ ਆਉਣਗੀਆਂ ਕੀ ਉਹਦੀ ਸ਼ਰਧਾ ਵੇਖ ਕੇ ਘਰ ਚਲੇ ਗਏ ਗੁਰਮੁਖੋ ਤੁਹਾਨੂੰ ਸਭ ਨੂੰ ਪਤਾ ਘੇਰਾ ਪੈ ਗਿਆ CID ਹੋ ਗਈ ਮਹਾਰਾਜ ਇੱਥੇ ਨੇ ਸੀ ਚੱਲਦਾ ਪੁਰਜਾ ਬੰਦਾ ਅਮੀਰ ਸੀ ਭੱਠੇ ਵਾਲੇ ਹੁੰਦੇ ਹੀ ਅਮੀਰ ਹੈ ਤੁਹਾਨੂੰ ਪਤਾ ਹੀ ਹੈ ਆਮ ਖਾਸ ਤਾਂ ਗੱਲ ਨਹੀਂ ਹੁੰਦੀ ਵੀ ਪਠਾਰੇ ਕਲਾਲਵੇ ਉੱਠ ਕੇ ਕਮਾਈ ਵੀ ਸੋਹਣੀ ਹੁੰਦੀ ਹੈ ਅੱਜ ਖੇ ਆਖੋ ਸਤਨਾਮ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਵੀ ਉਹ ਘੇਰਾ ਪੈ ਗਿਆ ਰੋਪੜ ਦੀ ਪੁਲਿਸ ਸਾਰੇ ਇਲਾਕੇ ਦੇ ਬੰਦਿਆਂ ਨੂੰ ਪੁਲਿਸ ਜਾਣਦੀ ਹੁੰਦੀ ਹੈ ਕਿਸ ਦੀ ਕਿੰਨੀ ਕੁ ਸ਼ਕਤੀ ਹੈ ਤੇ ਜਾ ਕੇ ਘੇਰਾ ਪਾ ਕੇ ਦਰਵਾਜ਼ਾ ਖੜਕਾ ਦਿੱਤਾ ਪਠਾਣ ਬਾਹਰ ਆਇਆ ਕਹਿ ਦਿੱਤਾ ਤੇਰੇ ਘਰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਸਰਕਾਰ ਦਾ ਬਾਗੀ ਹੈ ਅਸੀਂ ਤਲਾਸ਼ੀ ਕਰਨੀ ਹੈ ਕਹਿੰਦਾ ਬੜੀ ਖੁਸ਼ੀ ਨਾਲ ਕਰੋ ਸਰਦਾ ਸੀ ਵੇਖ ਲਓ ਭਰੋਸਾ ਸੀ ਕਹਿੰਦਾ ਤਲਾਸ਼ੀ ਕਰ ਲਿਓ ਮੈਂ ਆਪਣੀਆਂ ਬੇਗਮਾਂ ਨੂੰ ਪਾਸੇ ਕਰਿਆ ਮਾਂ ਰਾਜਪੂਤ ਪਠਾਣਾ ਦੇ ਪੜਦਾ ਹੁੰਦਾ ਸੀ ਅੰਦਰ ਗਿਆ ਟੱਬਰ ਇਕੱਠਾ ਕਰ ਲਿਆ ਕਹਿੰਦਾ ਪਰਖ ਦਾ ਪਰਚਾ ਹੈ ਕਲੰਗੀ ਧਰ ਦਾ ਕੱਖ ਨਹੀਂ ਵਿਗੜਨਾ ਪਰ ਜੇ ਬਾਜਾਂ ਵਾਲਾ ਆਪਣੇ ਘਰ ਤੋਂ ਫੜਿਆ ਗਿਆ ਨਾ ਕਲੰਕ ਲੱਗ ਜੂਗਾ ਵੀ ਇਨਾਮ ਲੈਣ ਦੇ ਮਾਰਿਆਂ ਨੇ ਘਰ ਲਿਆ ਕੇ ਫੜਾ ਇਹ ਕੁਲਾਂ ਤੱਕ ਕਲੰਕ ਨਹੀਂ ਉਤਰੂਗਾ ਤੇ ਸਾਰਾ ਪਰਿਵਾਰ ਸ਼ਰਧਾਲੂ ਸੀ ਕਹਿਣ ਲੱਗੇ ਇਲਾਜ ਉਹਦੀ 19 ਸਾਲ ਦੀ ਨੌਜਵਾਨ ਪੁੱਤਰੀ ਮੁਮਤਾਜ ਇੱਕੋ ਇੱਕ ਧੀ ਸੀ ਉਸ ਪਠਾਣ ਦੀ ਉਹਨੂੰ ਕਹਿੰਦਾ ਧੀਏ ਧੀਆਂ ਦੇ ਹੱਥ ਲਾਜ ਹੁੰਦੀ ਹੈ ਮਾਂ ਬਾਪ ਦੀ ਤੇ ਮੇਰੇ ਘਰਾਣੇ ਦੀ ਲਾਜ ਤੇਰੇ ਹੱਥ ਹੈ ਉਹ ਕਹਿੰਦੀ ਹੁਕਮ ਕਰੋ ਦੇਖੋ ਕਹਿੰਦੇ ਪਠਾਣਾ ਨਾਲ ਜੰਗ ਮੁਸਲਮਾਨਾਂ ਨਾਲ ਜੰਗ ਕਿਹਦੇ ਨਾਲ ਵੈਰ ਸੀ ਉਹਦਾ ਤੇ ਗੁਰਮੁਖ ਪਿਆਰੇ ਧੀਏ ਏਦਾਂ ਹੈ ਹੁਣ ਵੀ ਤੂੰ ਉਸ ਕਮਰੇ ਵਿੱਚ ਜਾ ਜਿੱਥੇ ਕਲੰਗੀਆਂ ਵਾਲੇ ਤੇ ਸਿੰਘ ਪਏ ਨੇ ਤਲਾਸ਼ੀ ਕਰਨ ਵਾਲੇ ਆਉਣਗੇ ਤੇ ਮੈਂ ਉਹਨਾਂ ਨੂੰ ਇਹ ਕਹਾਂਗਾ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਉਹਦਾ ਪਤੀ ਪਏ ਨੇ ਕੌਣ ਕਹਿੰਦਾ ਮੁਸਲਮਾਨਾਂ ਨਾਲ ਵੈਰ ਮਹਾਰਾਜ ਦਾ ਇਹ ਭੱਠਾ ਸਾਹਿਬ ਹੈ ਜਿੱਥੇ ਤੁਸੀਂ ਮੱਥਾ ਟੇਕ ਕੇ ਮੁੜਦੇ ਹੋ ਉਹਦਾ ਇਤਿਹਾਸ ਹੈ